ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਜੀ ਸਿੱਧੂ। ਦੋਸਤੋ, ਅੱਜ ਬਹੁਤ ਹੀ ਪਿਆਰ ਸਤਿਕਾਰ ਨਾਲ, ਅੱਜ ਬਹੁਤ ਹੀ ਖੁਸ਼ੀ ਦੀ ਗੱਲ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਿਹਾ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪਿਛਲੇ ਦਿਨੀ ਤੁਹਾਡਾ ਜੀ ਸਿੱਧੂ ਤੁਹਾਡੀਆਂ ਦੁਆਵਾਂ ਔਰ ਪਿਆਰ ਸਦਕਾ UK ਵਿਸਾਖੀ ਟੂਰ ਇਨ UK ਦਾ ਸਫ਼ਰ ਤੈਅ ਕਰਕੇ ਆਇਆ ਹੈ। ਅਤੇ ਜਦੋਂ ਮੈਂ ਇੱਥੇ ਵਾਪਸ ਆਇਆ ਅਤੇ ਆਪਣੇ ਪਿੰਡ ਵੱਲ ਜਦੋਂ ਮੈਂ ਜਾ ਰਿਹਾ ਸੀ, ਅਤੇ ਸਾਡੇ ਮੇਰਾ ਪਿੰਡ ਚੱਕ ਮੂਸਾ ਅਤੇ ਨਾਲ ਪਿੰਡ ਪੈਂਦਾ ਹੈ ਮੰਨਣਹਾਨਾ, ਜਿੱਥੇ ਰਾਜਾ ਸਾਹਿਬ ਜੀ ਦਾ ਦਰਬਾਰ ਜੱਦੀ ਘਰ ਹੈ, ਅਤੇ ਅਸੀਂ ਉੱਥੇ ਰੁਕੇ, ਮੱਥਾ ਟੇਕਿਆ, ਅਤੇ ਐਸੀ ਰਹਿਮਤ ਹੋਈ ਕਿ ਦਿਲ ਨੂੰ ਸਕੂਨ ਮਿਲਿਆ ਕਿ ਰਾਜਾ ਸਾਹਿਬ ਜੀ ਦਾ ਸ਼ਬਦ ਕੀਤਾ ਜਾਵੇ। ਅਤੇ ਸਾਡੀ ਸਾਰੀ ਟੀਮ ਨੇ, ਮੈਂ ਆਪਣੀ ਟੀਮ ਵਰਕ ਨਾਲ ਸਲਾਹ ਕੀਤੀ ਅਤੇ ਸਾਰਿਆਂ ਨੇ ਸੁਝਾਅ ਦਿੱਤਾ ਕਿ ਭਾਜੀ ਰਾਜਾ ਸਾਹਿਬ ਜੀ ਦੇ ਦਿਨ ਚੱਲ ਰਹੇ ਨੇ ਅਤੇ ਮਜ਼ਾਰੇ 29-30 ਜੋ ਅਗਸਤ ਹੈ ਉਹਦੇ ਵਿੱਚ ਮੇਲਾ ਹੈ, ਅਤੇ ਤੁਸੀਂ ਇਹ ਸ਼ਬਦ ਜਲਦ ਰਿਲੀਜ਼ ਕਰੋ, ਅਤੇ ਅਸੀਂ ਬਹੁਤ ਜਲਦ ਇਹ ਸ਼ਬਦ ਲੈ ਕੇ ਆ ਰਹੇ ਹਾਂ, ਜਿਸ ਦਾ ਟਾਈਟਲ ਹੈ ਰਾਜੇ ਨੇ ਰਾਜੇ ਹੀ ਬਣਾਇਆ ਹੈ, ਕਿਉਂਕਿ ਰਾਜਾ ਬਲੀ ਘਰ ਭਲੀ। ਸੋ ਮੇਰੀ ਬੇਨਤੀ ਹੈ ਆਪ ਸਭ ਸੰਗਤਾਂ ਨੂੰ, ਮੇਰੇ ਸਰੋਤਿਆਂ ਨੂੰ, ਕਿ ਤੁਸੀਂ ਇਸ ਸ਼ਬਦ ਨੂੰ ਵੱਧ ਤੋਂ ਵੱਧ ਲਾਈਕ, ਸ਼ੇਅਰ ਔਰ ਕਮੈਂਟ ਕਰਨਾ, ਅਤੇ ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਮੈਨੂੰ ਤੁਹਾਡੇ ਪਿਆਰ ਔਰ ਦੁਆਵਾਂ ਦਾ ਸਾਥ ਜ਼ਰੂਰ ਚਾਹੀਦਾ ਹੈ। ਅਤੇ ਮਿਲਦੇ ਹਾਂ ਜੀ ਨਵੇਂ ਸ਼ਬਦ ਨਾਲ। ਕਿੰਨੀ ਤਰੀਕ ਨੂੰ ਰਿਲੀਜ਼ ਕਰ ਰਹੇ ਹੋ ਸ਼ਬਦ? ਅਸੀਂ ਇਸ ਸ਼ਬਦ ਨੂੰ ਇਹ ਦਿਨ ਐਤਵਾਰ 11 ਅਗਸਤ, ਹਾਂਜੀ 2024 ਨੂੰ ਰਿਲੀਜ਼ ਕਰ ਰਹੇ ਹਾਂ। ਔਰ ਮੈਂ ਸਿੱਧੂ ਲਾਈਵ TV ਜੀ ਦਾ ਬਹੁਤ ਬਹੁਤ ਥੈਂਕ ਯੂ ਕਰਦਾ, ਇਹਨੇ ਮੈਨੂੰ ਇੰਨੇ ਯੋਗਾ ਸਮਝਿਆ ਕਿ ਮੈਂ ਇਹਨਾਂ ਦੇ ਚੈਨਲ ਰਾਹੀਂ ਤੁਹਾਨੂੰ ਇਹ ਸਭ ਖੁਸ਼ੀ ਸਾਂਝੀ ਕਰ ਰਿਹਾ। ਸਾਰੀ ਟੀਮ ਦਾ ਥੈਂਕ ਯੂ ਜੀ।